ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਖਿਲਾਫ਼ ਅਦਾਲਤੀ ਵਾਰੰਟ ਜਾਰੀ ਹੋਣ ਤੋਂ ਬਾਅਦ ਬੈਂਸ ਮੀਡੀਆ ਸਾਹਮਣੇ ਆਏ। ਬੈਂਸ ਨੇ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਦੇ ਹੋਏ ਕਿਹਾ ਕਿ ਜੋ ਵੀ ਅਦਾਲਤ ਦਾ ਫੈਸਲਾ ਹੋਵੇਗਾ ਉਹ ਉਹਨਾਂ ਨੂੰ ਮਨਜ਼ੂਰ ਹੋਵੇਗਾ। ਇਸ ਦੇ ਨਾਲ ਹੀ ਬੈਂਸ ਨੇ ਕੈਪਟਨ ਦੇ ਮੰਤਰੀ ਬ੍ਰਹਮ ਮਹਿੰਦਰਾ ਤੇ ਵੀ ਤਿੱਖੇ ਨਿਸ਼ਾਨੇ ਸਾਧੇ। ਬੈਂਸ ਦਾ ਕਹਿਣਾ ਕਿ ਉਹ ਬ੍ਰਹਮ ਮਹਿੰਦਰਾ ਦੀਆਂ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ। ਉਹ ਡਿਫਾਮੇਸ਼ਨ ਜਿਹੜੀ ਆ ਬੜੇ ਲੰਬੇ ਅਰਸੇ ਤੋਂ ਮਾਨਯੋਗ ਉਸ ਵੇਲੇ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਜੀ ਨੇ ਮੇਰੇ 'ਤੇ ਲਾਈ ਸੀ। ਮੈਂ ਪ੍ਰੈਸ ਅਤੇ ਮੀਡੀਆ ਦੇ ਜ਼ਰੀਏ ਗੱਲ ਕੀਤੀ ਸੀ ਵੀ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਮਾਨਯੋਗ ਅਦਾਲਤ ਨੇ ਕਰਨਾ। ਜਿਹੜੀਆਂ ਗੱਲਾਂ ਮੈਂ ਬੋਲੀਆਂ ਨੇ ਉਹਨਾਂ ਗੱਲਾਂ ਦੇ ਵਿੱਚ ਕਿੰਨੀ ਸੱਚਾਈ ਆ, ਮੇਰੇ ਸੁਭਾਅ ਦਾ ਹਿੱਸਾ ਨਹੀਂ ਵੀ ਮੈਂ ਕਿਸੇ ਦੇ ਉੱਤੇ ਕੋਈ ਝੂਠਾ ਆਰੋਪ ਲਾ ਦਿਆਂ ਵਾਹਵਾ ਖੱਟਣ ਲਈ ਚੰਦ ਦਿਨਾਂ ਦੀ ਚੰਦ ਸਮੇਂ ਵਾਸਤੇ। ਮੇਰੇ ਕੋਲ ਠੋਸ ਸਬੂਤ ਪਰੂਫ ਹੈ। ਮੈਂ ਤਾਂ ਹੀ ਇਹ ਗੱਲ ਜਿਹੜੀ ਆ ਮੀਡੀਆ ਦੇ ਜ਼ਰੀਏ ਲੋਕਾਂ ਦੀ ਕਚਹਿਰੀ 'ਚ ਲੈ ਕੇ ਗਿਆ ਵੀ ਬ੍ਰਹਮ ਮਹਿੰਦਰਾ ਸਾਹਿਬ ਐਜ਼ ਏ ਹੈਲਥ ਮਿਨਿਸਟਰ ਕੀ ਕਰ ਰਹੇ ਆ। ਸੋ ਮੈਂ ਅੱਜ ਵੀ ਆਪਣੀ ਗੱਲ 'ਤੇ ਕਾਇਮ ਆ। ਰਹਿ ਗਈ ਗੱਲ ਅੱਜ ਜਿਹੜੀ ਨੋਨ ਅਵੇਲੇਬਲ ਅਰੈਸਟ ਵਾਰੰਟ, ਇੱਕ ਪ੍ਰਕਿਰਿਆ ਹੈਗੀ ਆ, ਅਦਾਲਤੀ ਪ੍ਰਕਿਰਿਆ ਹੈਗੀ ਆ, ਸੰਵਿਧਾਨ ਦੇ ਥੱਲੇ ਕਾਨੂੰਨ, ਕਾਨੂੰਨ ਦੇ ਥੱਲੇ ਨਿਯਮ ਹੈਗੇ, ਉਹਨਾਂ ਨਿਯਮਾਂ ਤਹਿਤ ਮੇਰੇ ਕੋਲ ਕੋਈ ਸੰਮਣ ਆਉਣਗੇ, ਕੋਈ ਅਦਾਲਤ ਦਾ ਸੰਬੰਧਿਤ ਅਧਿਕਾਰੀ ਮੇਰੇ ਕੋਲ ਕੋਈ ਸੰਮਣ ਲੈ ਕੇ ਆਏਗਾ ਤਾਂ ਮੈਂ ਸੰਮਣ ਤਮੀਲ ਕਰਾਂਗਾ। ਅਦਰ ਦੈਨ ਦੂਸਰੇ ਪਾਸੇ ਜਾਂ ਮੇਰੇ ਕੋਲ ਕੋਈ ਬਾਏ ਪੋਸਟ ਜਾਂ ਕੋਰੀਅਰ ਸਰਵਿਸ ਹੈਗੀ ਆ, ਮੇਰੇ ਕੋਲ ਸੰਮਣ ਆ ਜਾਣ ਜਾਂ ਬਾਏ ਮੇਲ ਮੈਨੂੰ ਕੋਈ ਸੰਮਣ ਆ ਜਾਵੇ, ਮੈਨੂੰ ਤਾਂ ਅੱਜ ਤੱਕ ਕਦੇ ਕੋਈ ਸੰਮਣ ਨਹੀਂ ਆਇਆ। ਇਹ ਜ਼ਰੂਰ ਆ ਕਿ ਉਹ ਜਿਹੜੀ ਡੈਫਾਮੇਸ਼ਨ ਕੇਸ ਦੀ ਕਾਪੀ ਹੈਗੀ ਆ ਉਹ ਮੈਂ ਖੁਦ ਜਿਹੜਾ ਲੋਕ ਇਨਸਾਫ਼ ਪਾਰਟੀ ਦੇ ਸਾਡੇ ਪਟਿਆਲਾ ਯੂਨਿਟ ਦੇ ਐਡਵੋਕੇਟ ਲਕਸ਼ਮਣ ਸਿੰਘ ਪ੍ਰਧਾਨ ਆ, ਮੈਂ ਉਹਨਾਂ ਤੋਂ ਕਹਿ ਕੇ ਉਹ ਕਾਪੀ ਕਢਵਾਈ ਆ। ਮੈਂ ਮਾਨਯੋਗ ਅਦਾਲਤ ਦਾ ਰਿਸਪੈਕਟ ਕਰਦਾ ਜਿਹੜੀ ਹਮੇਸ਼ਾ ਸੱਚਾਈ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਦੀ ਆ। ਸੋ ਮੇਰੇ ਕੋਲ ਜਦੋਂ ਕੋਈ ਸੰਮਣ ਨਹੀਂ ਆਇਆ, ਮੈਨੂੰ ਕਿਸੇ ਤਰੀਕ ਦੇ ਉੱਤੇ ਕੋਈ ਨੋਟਿਸ ਨਹੀਂ ਆਇਆ, ਜਿਹੜੇ ਗੈਰ ਜ਼ਮਾਨਤੀ ਵਾਰੰਟ ਹੈਗੇ ਆ ਇਹ ਬ੍ਰਹਮ ਮਹਿੰਦਰਾ, ਕਿਉਂਕਿ ਉਹ ਮਿਨਿਸਟਰ ਹੈਗੇ ਆ ਵੀ ਉਹਨਾਂ ਦੀ ਸਰਕਾਰ ਹੈ, ਉਹ ਥੱਲੇ ਅਦਾਲਤ ਦੇ ਥੱਲੇ ਜਿਹੜੇ ਦਫ਼ਤਰੀ ਸਟਾਫ ਹਮਲਾ ਫੈਲਾ ਹੈਗਾ ਉਹ ਕੁਛ ਵੀ ਕਰਾ ਸਕਦੇ ਆ। ਪਰ ਬੈਂਸ ਬ੍ਰਹਮ ਮਹਿੰਦਰੇ ਦੀ ਕਿਸੇ ਗਿੱਦੜ ਧਮਕੀ ਤੋਂ ਡਰਨ ਵਾਲਾ ਨਹੀਂ ਗਾ। ਬ੍ਰਹਮ ਮਹਿੰਦਰਾ ਸਾਹਿਬ ਤੁਹਾਡੀ ਸਰਕਾਰ ਜ਼ਰੂਰ ਹੈ, ਸਰਕਾਰ ਉਹਨਾਂ ਲੋਕਾਂ ਨੂੰ ਡਰਾਉਂਦੀ ਹੈ ਜਿਨ੍ਹਾਂ ਦੇ ਪੱਲੇ ਸੱਚਾਈ ਨਹੀਂ ਹੁੰਦੀ। ਕਾਂਗਰਸ ਦੇ ਇੱਕ ਹੋਰ ਵਿਧਾਇਕ ਪ੍ਰਗਟ ਸਿੰਘ ਵੱਲੋਂ ਕੈਪਟਨ ਨੂੰ ਲਿਖੀ ਚਿੱਠੀ ਤੇ ਵੀ ਸਿਮਰਜੀਤ ਬੈਂਸ ਨੇ ਆਪਣਾ ਪ੍ਰਤੀਕਰਮ ਦਿੱਤਾ। ਹੁਣ ਨਵਜੋਤ ਸਿੱਧੂ ਤੋਂ ਬਾਅਦ ਬਾਜਵਾ ਸਾਹਿਬ ਤੋਂ ਬਾਅਦ ਪ੍ਰਗਟ ਸਿੰਘ ਤੋਂ ਪਹਿਲਾਂ ਪਟਿਆਲੇ ਦੇ MLA। ਹੁਣ ਸਾਨੂੰ ਤਾਂ ਕਹਿਣ ਦੀ ਮੇਰਾ ਖਿਆਲ ਕੋਈ ਜ਼ਰੂਰਤ ਹੀ ਨਹੀਂ ਰਹਿ ਗਈ। ਹੁਣ ਤਾਂ ਕਾਂਗਰਸ ਪਾਰਟੀ ਦੇ ਅੰਦਰ ਜਿਹੜੀ ਸੀਨੀਅਰ ਲੀਡਰਸ਼ਿਪ ਬੈਠੀ ਆ ਉਹ ਕੈਪਟਨ ਅਮਰਿੰਦਰ ਸਿੰਘ ਦੇ 3 ਸਾਲਾਂ ਦਾ ਰਿਪੋਰਟ ਕਾਰਡ ਤਿਆਰ ਕਰ ਰਹੀ ਹੈ ਵੀ ਹੋਇਆ ਕੀ ਆ। ਪ੍ਰਗਟ ਸਿੰਘ ਦੀ ਚਿੱਠੀ ਦੇ ਵਿੱਚ, ਚਿੱਠੀ ਤਾਂ ਨਹੀਂ ਕਿਸੇ ਅਖਬਾਰ ਨੇ ਛਾਪੀ, ਪਰ ਉਹਦੇ ਟੂਕ ਮਾਤਰ ਰੇਤ ਬਜਰ ਮਾਫੀਆ, ਟਰਾਂਸਪੋਰਟ ਮਾਫੀਆ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ, ਨਸ਼ਾ ਵੇਚਣ ਵਾਲੇ, ਮਤਲਬ ਕਿ ਉਹਨਾਂ ਨੇ ਆਪਣੀ ਚਿੱਠੀ ਦੇ ਵਿੱਚ ਜਿੰਨੇ ਕੁੱਤੇ ਕੰਮ ਬਾਦਲਾਂ ਵੇਲੇ ਲੂਟ ਮਾਫੀਆ ਵੱਲੋਂ ਕੀਤੇ ਜਾਂਦੇ ਸੀ ਉਹ ਸਾਰੇ ਦੇ ਸਾਰੇ ਪ੍ਰਗਟ ਸਿੰਘ ਸੀਨੀਅਰ ਕਾਂਗਰਸ ਲੀਡਰ, ਸੀਨੀਅਰ ਵਿਧਾਇਕ ਹੈਗੇ ਆ ਦੂਸਰੀ ਵਾਰ ਦੇ, ਐਂਡ ਉਹਨਾਂ ਨੇ ਉਹ ਸਾਰੇ ਦੇ ਸਾਰੇ ਕੰਮ 3 ਸਾਲਾਂ ਦੇ ਅਰਸੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਫੇਲੀਅਰ ਸ਼ੋ ਕਰਦੇ ਹੋਏ ਰੋਸ ਵਜੋਂ ਚਿੱਠੀ ਲਿਖੀ ਆ। ਮੇਰਾ ਇਹ ਵਿਸ਼ਵਾਸ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਅੰਦਰ ਇੱਕ ਬਹੁਤ ਵੱਡੀ ਬਗਾਵਤ ਹੋਏਗੀ। ਉਹ ਲੋਕ ਜਿਹੜੇ ਲੋਕਾਂ ਦੇ ਨਾਲ, ਵੋਟਰ ਦੇ ਨਾਲ, ਉਹ ਲੀਡਰ ਕਾਂਗਰਸ ਦੇ ਜਿਹੜੇ ਪ੍ਰੋਮਿਸ ਕਰਕੇ ਆਏ ਸੀ ਵੀ ਅਸੀਂ ਲੁੱਟ ਕਰਨ ਵਾਲੇ ਬਾਦਲਾਂ ਦੇ ਗੁਰਗਿਆਂ ਨੂੰ ਫੜ ਕੇ ਅਦਾਲਤਾਂ ਦੇ ਕਟਹਿਰੇ 'ਚ ਖੜਾ ਕੇ ਸਜ਼ਾਵਾਂ ਦੇਵਾਂਗੇ, ਅੱਜ ਜਦੋਂ ਲੋਕਾਂ ਦੀ ਕਚਹਿਰੀ 'ਚ ਜਾਂਦੇ ਆ ਨਾ, ਵੋਟਰਾਂ ਕੋਲ ਜਾਂਦੇ ਆ, ਫਿਰ ਉਹਨਾਂ ਨੂੰ ਵੋਟਰਾਂ ਦੇ ਤੰਜ ਸੁਣਨ ਨੂੰ ਮਿਲਦੇ ਆ। ਸੋ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਦੇ ਅੰਦਰ ਇੱਕ ਬਹੁਤ ਵੱਡੀ ਬਗਾਵਤ ਹੋਏਗੀ। ਉਹ ਬਗਾਵਤ ਇਸ ਕਰਕੇ ਆ ਕਿਉਂਕਿ ਕੈਪਟਨ ਅਤੇ ਬਾਦਲ ਆਪਸ ਦੇ ਵਿੱਚ ਜਿਹੜੀ ਤੈਅਸ਼ੁਦਾ ਸੰਧੀ, ਇੱਕ ਐਗਰੀਮੈਂਟ ਕਿ 5 ਸਾਲ ਮੈਨੂੰ ਤੁਸੀਂ ਕੁਛ ਨਹੀਂ ਕਹਿਣਾ, ਜਦੋਂ ਤੁਸੀਂ ਆ ਗਏ ਅਸੀਂ ਤੁਸੀਂ ਫਿਰ ਸਾਨੂੰ ਕੁਛ ਨਹੀਂ ਕਹਿਣਾ, ਮਤਲਬ ਕਿ ਫਿਕਸ ਮੈਚ ਜਿਹੜਾ, ਜਿਵੇਂ ਨਵਜੋਤ ਸਿੱਧੂ ਨੇ ਬਠਿੰਡਾ ਦੇ ਵਿੱਚ ਕਿਹਾ ਸੀ ਵੀ ਇਹ 70-30 ਦੀ ਰੇਸ਼ੋ ਚੱਲਦੀ ਹੈ, ਜਦੋਂ ਇਹ ਪੁਜੀਸ਼ਨ 'ਤੇ ਆ ਜਾਂਦੇ ਆ 70 ਇਹਨਾਂ ਦੇ, ਜਦੋਂ ਦੂਜੀ ਧਿਰ ਪੁਜੀਸ਼ਨ 'ਚ ਆ ਜਾਂਦੀ ਆ 70 ਉਹਨਾਂ ਦੇ, ਜਿਹੜਾ ਅਪੋਜੀਸ਼ਨ ਦੇ ਵਿੱਚ ਉਹਦੇ 30%। ਇਹ ਗੱਲਾਂ ਬਿਲਕੁਲ ਵਾਸਤਵਿਕ ਦੇ ਵਿੱਚ ਸੱਚੀਆਂ ਨੇ। 2022 ਦੇ ਵਿੱਚ ਸਾਰੇ ਬਗਾਵਤ ਇਕੱਠੇ ਕੀਤੇ ਜਾਣਗੇ, ਇਹ ਸਮਾਂ ਦੱਸੂਗਾ। 2022 ਦੇ ਵਿੱਚ 2 ਸਾਲ ਦਾ ਅਰਸਾ ਪਿਆ, ਦੇਖੋ ਰਾਜਨੀਤਿਕ ਊਟ ਕਿਸ ਕਰਵਟ ਬੈਠਦਾ। ਪਰ ਇੱਕ ਗੱਲ ਬੜੀ ਸਾਫ਼ ਅਤੇ ਸਪਸ਼ਟ ਹੈ, ਪੰਜਾਬ ਦੇ ਲੋਕਾਂ ਨੇ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਮਨ ਬਣਾ ਕੇ ਵੋਟ ਪਾਈ ਵੀ ਕੈਪਟਨ ਅਮਰਿੰਦਰ ਸਿੰਘ ਆਪਣੇ ਕੀਤੇ ਹੋਏ ਵਾਅਦੇ, ਇੱਥੋਂ ਤੱਕ ਕਿ ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਖਾਧੀਆਂ ਸਹੁੰਆਂ 'ਤੇ ਖਰਾ ਉਤਰੂਗਾ।
पर लोगों नाल विश्वासघात ब्रीच ऑफ ट्रस्ट हो गया, बड़ा विश्वासघात हो गया। सो लोग कदे भी कैप्टन अमरिंदर ते बादलों नूं मूँह नहीं लाउणगे 2022 दे विच। बाकी किहड़े किहड़े लोग जिहड़े पंजाब दे पक्षी आ किवें इक प्लेटफॉर्म ते इकट्ठे हुंदे इहदे वास्ते हजे बहुत लंबा समां पिया। नवजोत सिंह सिद्धू दे करीबी दसे जा रहे विधायक प्रगट सिंह वल्लों लिखी गई चिट्ठी नूं लै के इस समय सूबे दी सियासत गरमाई हुई है। विरोधी भी अपनियां टिप्पणियां करन तों हुण पिछे नहीं हट रहे। तुहानूं दस दईए कि इस तों पहलां भी कई कांग्रेसी आगू अते विधायक अपनी ही सरकार खिलाफ मोर्चा खोल चुके ने। लुधियाणा तों रजिंदर अरोड़ा, न्यूज़ डेस्क तों ब्यूरो रिपोर्ट। गर्व पंजाब टीवी, रखे सब दा ध्यान।